ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਦੀ ਸਬਜ਼ੀ। ਤੁਸੀਂ ਆਲੂ ਪਾਲਕ ਦੀ ਸਬਜ਼ੀ ਬਹੁਤ ਖਾਧੀ ਹੋਣੀ, ਪਰ ਇਹ ਇੱਕ ਨਵੇਂ ਟਵਿਸਟ ਦੀ ਆਲੂ ਪਾਲਕ ਦੀ ਸਬਜ਼ੀ ਹੈ। ਇਹਨੂੰ ਆਪਾਂ ਅੱਜ ਚੁੱਲ੍ਹੇ 'ਤੇ ਬਣਾਉਣਾ ਚਾਹ ਰਹੀ ਹੈਗੀ। ਅਤੇ ਹੁਣ ਆਪਾਂ ਇਹਦੇ ਵਿੱਚ ਦੇਖੋ, ਪਿਆਜ਼, ਅਦਰਕ, ਜੀਰਾ, ਲਸਣ, ਮਿਰਚ ਅਤੇ ਹਲਦੀ ਅਤੇ ਨਮਕ ਪਾ ਕੇ ਮਸਾਲੇ ਨੂੰ ਘੁੱਟ ਲਾਂਗੇ। ਮੈਂ ਇਹਨੂੰ ਕੁੰਡੇ ਸੋਟੇ ਵਿੱਚ ਹੀ ਘੁੱਟ ਲਾਉਣਾ। ਹਾਂਜੀ, ਆਪਾਂ ਪਤੀਲੀ ਹੁਣ ਰੱਖਤੀ ਆ ਚੁੱਲ੍ਹੇ ਦੇ ਉੱਤੇ, ਅਤੇ ਇਹ ਆਪਣਾ ਮਸਾਲਾ ਤਿਆਰ ਹੈ। ਹੁਣ ਆਪਾਂ ਇਹਦੇ ਵਾਸਤੇ ਚਾਹੀਦੇ ਨੇ 3 ਆਲੂ, ਥੋੜ੍ਹਾ ਪਾਲਕ ਅਤੇ ਥੋੜ੍ਹੇ ਜਿਹੇ ਮਟਰ। ਹਾਂਜੀ, ਹੁਣ ਆਪਣਾ ਮਸਾਲਾ ਭੁੰਨ ਚੁੱਕਿਆ ਹੈ। ਹੁਣ ਆਪਾਂ ਇਹਦੇ ਵਿੱਚ ਮਟਰ ਪਾਤੇ ਅਤੇ ਪਾਲਕ। ਮਟਰ ਅਤੇ ਪਾਲਕ ਨੂੰ ਆਪਾਂ ਥੋੜ੍ਹਾ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਣ ਦੂਰ ਹੋ ਜਾਵੇ। ਹਾਂਜੀ, ਹੁਣ ਦੇਖੋ ਆਪਣਾ ਪਾਲਕ ਅਤੇ ਮਟਰ ਜਿਹੜੇ ਆਪਾਂ ਪਾਏ ਸੀ ਉਹ ਬਿਲਕੁਲ ਭੁੰਨ ਚੁੱਕੇ ਨੇ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ। ਆਲੂ ਪਾ ਕੇ ਹੁਣ ਆਪਾਂ ਇਹਦੇ ਵਿੱਚ 1 ਗਲਾਸ ਪਾਣੀ ਦਾ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਰਿੱਝ ਜਾਣ ਦਿਓ, ਇਹਦਾ ਪਾਣੀ ਬਿਲਕੁਲ ਮਚਾ ਦੇਣਾ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 1 ਜਾਂ 1.5 ਗਲਾਸ ਦੁੱਧ ਦਾ। ਤੁਸੀਂ ਸਬਜ਼ੀ ਖਾ ਕੇ ਦੇਖਿਓ, ਤੁਸੀਂ ਆਲੂ ਪਾਲਕ ਦੀ ਇੰਨੀ ਸਵਾਦ ਸਬਜ਼ੀ ਕਦੇ ਨਹੀਂ ਖਾਧੀ ਹੋਣੀ। ਕਮੈਂਟ ਕਰਕੇ ਜ਼ਰੂਰ ਦੱਸਣਾ, ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।